ਸਾਈਜ਼ ਕੀ ਭਾਈ ਪਤੰਗ ਦਾ ਆ ਚੋਲ ਸਾਹਿਬ ਪਤੰਗਾ ਵਾਂਸੀ ਪਤੰਗ ਤੇ ਪ੍ਰਾਈਸ ਕਿੰਨਾ ਵੱਡੇ ਭਾਈ ਇਹਦਾ ਆ 50 ਰੁਪਏ ਵਾਲੀ ਪਤੰਗ ਘੜ ਦੋ ਤੁਹਾਨੂੰ 30 ਰੁਪਏ ਦੀ सत श्री अकाल जी। करते हैं नई वीडियो शुरुआत। आज तुम लैके चलते हैं अमृतसर की बहुत ही पुरानी फेमस शॉप से जितने मिलती है जी होलसेल रेट की पतंगा। भाजी पतंगा खुद तैयार करते हैं, हर तरह की फैंसी पतंग तुम भाजी को मिल जाएगी। तुम ऑर्डर से भी पतंगा तैयार करा सकते जी। चलो चलते हैं भाई की शॉप से, देखते हैं पतंगा का प्राइस कितना है, डिजाइन कितना कितना देने नाल है अपने मीत भाई मिलते हैं। चलो जी सीधा शॉप से हूँ। ਸਤਿ ਸ਼੍ਰੀ ਅਕਾਲ ਵੱਡੇ ਬਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਵੱਡੇ ਬਾਜੀ? ਬਹੁਤ ਵਧੀਆ ਸਰ। ਕੀ ਨਾਮ ਵੱਡੇ ਬਾਜੀ ਆਪਣਾ? ਹੀਰਾ ਲਾਲ ਭੰਡਾਰੀ। ਸ਼ੌਪ ਦਾ ਕੀ ਨਾਮ ਵੱਡੇ ਬਾਜੀ? ਜੈ ਸ਼੍ਰੀ ਸਤਿਗੁਰੂ ਬਾਬਾ ਲਾਲ ਜੀ। ਪਤੰਗ ਕਿੰਨੇ ਤੋਂ ਸਟਾਰਟ ਹੁੰਦੀ ਵੱਡੇ ਬਾਜੀ ਆਪਣੇ ਕੋਲ? ਪਤੰਗ ਆਪਣੇ ਕੋਲ 2 ਰੁਪਏ ਤੋਂ ਸਟਾਰਟ ਹੋਈ। 2 ਰੁਪਏ ਤੋਂ ਸਟਾਰਟ ਹੋ ਜਾਂਦੀ ਬਾਜੀ। ਤੇ ਲੋਕੇਸ਼ਨ ਕੀ ਭਾਈ ਜਿੱਥੇ ਆਪਣੀ ਸ਼ੌਪ ਆ? ਆਪਣੀ ਬਟਾਲਾ ਰੋਡ ਨਜ਼ਦੀਕ ਟੰਡਨ ਨਗਰ ਚੌਂਕ ਹੀਰਾ ਕਾਇਡ ਸ਼ੌਪ। ਤੇ ਫੋਨ ਨੰਬਰ ਕੀ ਭਾਈ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਤੁਹਾਡਾ? 97-806-49-507। ਸਹੀ ਹੋ ਗਿਆ ਬਾਜੀ, ਇਹੀ ਨੰਬਰ ਚੱਲਦਾ ਹੈ। ਸਹੀ ਹੈ ਬਾਜੀ। ਤੇ ਜੇ ਭਾਈ ਕਿਸੇ ਨੇ ਮਾਲ ਮੰਗਾਣਾ ਹੋਵੇ ਭਾਈ ਕੁਰੀਅਰ ਵਗੈਰਾ ਕਰਾਣਾ ਹੋਵੇ ਉਹ ਵੀ ਕਰ ਦੋਗੇ ਬਾਜੀ? ਕੁਰੀਅਰ ਦਾ ਥੋੜਾ ਦਿੱਕਤ ਆ, ਬਾਕੀ ਹੋ ਜਾਏਗਾ ਵੈਸੇ। ਸਹੀ ਹੈ ਭਾਈ। ਹੋਲਸੇਲ ਦਾ ਕੰਮ ਵੱਡੇ ਭਾਈ ਆਪਣਾ? ਜੀ ਹੋਲਸੇਲ ਦਾ ਕੰਮ। ਦਿਖਾਓ ਭਾਈ ਥੋੜੇ ਜਿਹੇ ਡਿਜ਼ਾਈਨ। ਆ 15 ਰੁਪਏ ਦੀ ਕਾਇਡ ਮਿਲਦੀ ਹੈ ਜੀ ਬਾਜ਼ਾਰ 'ਚ, ਆ ਤੁਹਾਨੂੰ ਅਸੀਂ 6 ਰੁਪਏ ਦੇਵਾਂਗੇ। 6 ਰੁਪਏ ਦਾ ਪੀਸ ਪਏਗਾ ਬਾਜੀ। ਹਾਂਜੀ। ਤੇ ਜੇ ਕਿਸੇ ਨੇ ਭਾਈ ਦਰਜਨ ਵਿੱਚ ਲੈਣੀ ਹੋਵੇ? ਤੇ ਆ ਤੁਹਾਨੂੰ 72 ਰੁਪਏ ਦਰਜਨ ਮਿਲ। 72 ਰੁਪਏ ਦਰਜਨ ਮਿਲ ਜਾਏਗੀ ਬਾਜੀ। ਠੀਕ ਹੈ ਜੀ। ਆ 15 ਰੁਪਏ ਦੀ ਕਾਇਡ ਆ, ਆ ਤੁਹਾਨੂੰ 5.5 ਰੁਪਏ ਦੀ ਸਾਡੀ ਸ਼ੌਪ ਤੋਂ ਮਿਲੇਗੀ। 5.5 ਰੁਪਏ ਦੀ? ਹਾਂਜੀ। ਰੇਟ ਬਹੁਤ ਘੱਟ ਭਾਈ ਤੁਹਾਡੇ। ਭਾਜੀ ਮਾਰਕੀਟ 'ਚ ਭੇਜਣਾ ਹੁੰਦਾ ਨਾ, ਆ 10 ਰੁਪਏ ਵਾਲੀ ਕਾਇਟ ਹੈ ਜੀ। ਹਰ ਦੁਕਾਨਦਾਰ ਹੈ 10 ਰੁਪਏ ਦੀ ਵੇਚਦਾ, ਆ ਸਾਡੇ ਕੋਲ 500 ਰੁਪਏ ਸੈਂਕੜਾ ਮਿਲੇਗੀ। 500 ਰੁਪਏ ਸੈਂਕੜਾ? ਹਾਂਜੀ। ਇਸ ਤੋਂ ਇਲਾਵਾ ਆ 20 ਰੁਪਏ ਵਾਲੀ ਕਾਇਟ ਹੈ ਜੀ। ਸਹੀ ਹੋ ਗਿਆ ਭਾਜੀ। 1100 ਰੁਪਏ 100 ਮਿਲੇਗੀ ਜੀ। 1100 ਰੁਪਏ 100 ਭਾਜੀ? ਹਾਂਜੀ, 1100 ਰੁਪਏ ਦੀ 100 ਮਿਲੇਗੀ ਤੁਹਾਨੂੰ। ਸਹੀ ਹੋ ਗਿਆ ਭਾਜੀ। ਠੀਕ ਹੈ ਜੀ। ਇਸ ਤੋਂ ਵੱਡੀ ਆ 100 ਰੁਪਏ ਦੀ ਕਾਇਟ ਹੈ ਜਿਹੜੀ ਆਈ ਆ ਹੱਥੀ ਬਣਾਉਂਦੇ ਆ। ਆ ਸਾਈਜ਼ ਵਿੱਚ ਕਿੰਨੀ ਆਉਂਦੀ ਭਾਜੀ? 3 ਤਵਾ। 3 ਤਵਾ? 3 ਤਵਾ ਆਉਂਦੀ ਭਾਜੀ। ਆ 100 ਰੁਪਏ ਦੀ ਕਾਇਟ ਵਿਕਦੀ ਆ। ਸਹੀ ਹੈ। ਤੁਹਾਨੂੰ ਸਾਡੇ ਕੋਲ 40 ਰੁਪਏ ਦੀ ਮਿਲੇਗੀ। ਸਿਰਫ 40 ਰੁਪਏ ਦੀ ਭਾਜੀ? ਸਿਰਫ 40। ਮਾਰਕੀਟ ਨਾਲੋਂ ਬਹੁਤ ਘੱਟ ਹੈ ਭਾਈ ਰੇਟ ਆਪਣਾ। ਮੈਂ ਕਹਾਂ ਜੀ ਡਿਜ਼ਾਈਨ ਜੇ ਇਹਦੇ ਵਿੱਚ ਡਿਜ਼ਾਈਨ, ਫਿਰ ਡਿਜ਼ਾਈਨ ਇਹਦੇ ਵਿੱਚ ਬਹੁਤ ਆ ਸਾਡੇ ਕੋਲ। ਬਸ ਸੈਂਪਲ ਹੀ ਦਿਖਾ ਦਿੰਦੇ ਉੱਪਰ ਉੱਪਰ। ਆ ਲਓ ਇਧਰੋਂ ਦੇਖ ਲਓ ਡਿਜ਼ਾਈਨ ਭਾਈ ਆਪਣੇ ਕੋਲ ਵਾਵਾ ਮਿਲ ਜਾਣਗੇ। ਜਿੰਨੇ ਡਿਜ਼ਾਈਨ ਗਈ ਉਹਨੇ ਮਿਲ ਜਾਣਗੇ। ਇੱਕ ਪੈਕਟ ਵਿੱਚ 10 ਡਿਜ਼ਾਈਨ ਹੋਣਗੇ। ਇੱਕ ਪੈਕਟ 'ਚ 10 ਡਿਜ਼ਾਈਨ ਹੋਣਗੇ। 100 ਗੁੱਡੀ ਹੋਏਗੀ ਇੱਕ ਪੈਕਟ 'ਚ। ਸਹੀ ਹੈ। 10 ਡਿਜ਼ਾਈਨ ਹੋਣਗੇ। 10 ਡਿਜ਼ਾਈਨ ਹੋਣਗੇ। ਹਾਂਜੀ। ਤੇ ਅਸੀਂ ਦੁਕਾਨਦਾਰਾਂ ਨੂੰ 100 ਗੁੱਡੀ ਦਾ ਪੈਕਟ ਭੇਜੀਦਾ। ਆ ਲਓ। ਸਹੀ ਹੋ ਗਿਆ ਭਾਈ। ਇੱਧਰ ਦੂਜੀ ਡਿਜ਼ਾਈਨ ਦੇਖ ਲਓ। ਇੱਕ ਪੈਕਟ 'ਚ 100 ਡਿਜ਼ਾਈਨ ਹੋਏਗਾ ਤੇ ਸਭ ਫੈਂਸੀ ਡਿਜ਼ਾਈਨ ਹੋਣਗੇ। ਘੱਟੋ ਘੱਟ 15 ਜੋੜ ਗੁੱਡੀ ਹੋਏਗੀ। ਸਹੀ ਹੋ ਗਿਆ ਭਾਈ। ਇਸ ਤੋਂ ਵੱਡਾ 6 ਤਾਵਾ ਜਿਹੜਾ ਮਾਰਕੀਟ 'ਚ 300-400 ਦਾ ਵਿਕਦਾ, ਉਹ ਅਸੀਂ 110 ਰੁਪਏ ਦਾ ਦਿੰਦੇ ਹਾਂ ਆਪ ਤਿਆਰ ਕਰਕੇ। 110 ਰੁਪਏ ਦਾ ਭਾਜੀ? ਹਾਂਜੀ। 6 ਤਾਵਾ ਸਭ ਤੋਂ ਵੱਡਾ। ਸਭ ਤੋਂ ਵੱਡਾ ਸਾਈਜ਼ ਤੇ ਜਿਹੜਾ ਕੋਈ ਆਰਡਰ ਤੇ ਸਾਨੂੰ 12 ਤਾਵਾ ਕੇ ਉਹ 800 ਰੁਪਏ ਦਾ ਹੁੰਦਾ, ਅਸੀਂ 350 ਦਾ ਦਿੰਨੇ ਜੀ। 12 ਤਾਵਾ ਭਾਜੀ ਮਿਲ ਜਾਏਗਾ? ਕਿੰਨੇ ਦਾ ਮਿਲ ਜਾਏਗਾ ਕਹਿੰਦੇ? 800 ਦਾ ਵਿਕਦਾ ਜੀ। 800 ਦਾ ਵਿਕਦਾ? 350 ਰੁਪਏ ਦਾ ਤੁਹਾਨੂੰ ਆਪਣੀ ਦੁਕਾਨ ਤੇ ਅਸੀਂ ਤਿਆਰ ਕਰ ਦਾਂਗੇ। ਜਿਸ ਤਰ੍ਹਾਂ ਦਾ ਕਹੋਗੇ ਆਰਡਰ ਤੇ ਬਣਾ ਦਿਆਂਗੇ। ਆਰਡਰ ਤੇ ਤਿਆਰ ਹੋ ਜਾਊਗਾ ਭਾਜੀ। ਹਾਂਜੀ, ਮੈਂ ਆਰਡਰ ਤੇ ਬਣਾ ਕੇ ਮਾਰਕੀਟ 'ਚ ਭੇਜ ਦਾਂ ਸੌਦਾ। ਸਹੀ ਹੋ ਗਿਆ ਭਾਜੀ। ਦਿਖਾਓ ਭਾਈ ਥੋੜੀ ਜਿਹੀ ਹੋਰ ਡਿਜ਼ਾਈਨ ਦਿਖਾ ਦਿਓ। ਇਹ ਸਾਈਜ਼ 'ਚ ਭਾਈ ਕਿੰਨਾ ਆ ਜਾਂਦਾ? 3 ਤਾਵਾ। 3 ਤਾਵਾ ਸਾਡਾ ਰੈਗੂਲਰ ਜਿੰਨਾ ਮਾਲ ਬਣਦਾ ਪਿਆ ਰੈਗੂਲਰ ਮਾਰਕੀਟ 'ਚ ਜਾ ਰਿਹਾ ਵਾ। ਮਾਰਕੀਟ ਨਾਲੋਂ ਭਾਈ ਰੇਟ ਬਹੁਤ ਹੀ ਘੱਟ ਆ, ਬਾਕੀ ਦੇਖਿਆ ਬਹੁਤ ਜਗ੍ਹਾ ਤੇ। ਸਾਡਾ ਆਈਡੀਐਚ ਮਾਰਕੀਟ ਸੋਧੇ ਜਾ ਰਹੇ ਆ, ਸਾਡੇ ਰਾਮਬਾਗ ਸੋਧੇ ਜਾ ਰਹੇ ਆ, ਸਾਡੇ ਤਰਨਤਾਰਨ ਸੋਧੇ ਜਾ ਰਹੇ ਆ, ਸਾਡੇ ਛਿਆੜੇ ਸੋਧੇ ਜਾਂਦੇ ਆ, ਸਾਡੇ ਇੱਥੇ ਮੋਗੇ ਜਾਂਦੇ ਜੇ, ਬਠਿੰਡੇ ਸਾਡੇ ਸੋਧੇ ਜਾਂਦੇ, ਮੇਰੇ ਕੋਲ ਕਾਟੂਨ ਹੀ ਜਾਂਦੇ ਬੰਦ। ਹੋਲਸੇਲ ਦਾ ਹੀ ਕੰਮ ਹੈ ਭਾਜੀ ਆਪਣਾ ਕਾਫੀ। ਡਿਜ਼ਾਈਨ ਭਾਜੀ ਕਾਫੀ ਆਪਣੇ ਕੋਲ, ਹਰ ਤਰ੍ਹਾਂ ਦਾ ਡਿਜ਼ਾਈਨ ਹੈ, ਹਰ ਤਰ੍ਹਾਂ ਦੀ ਆਈਟਮ ਮਿਲੇਗੀ, ਫੈਂਸੀ ਤੋਂ ਫੈਂਸੀ। ਆ ਲਓ ਜੀ, ਆ 20 ਰੁਪਏ ਦੀ ਪਤੰਗ ਵਿਕਦੀ ਜੇ। ਇਹ ਕਿੰਨੇ ਤਵਾ ਭਾਈ? ਆ 1 ਤਵਾ। 1 ਤਵਾ? 1 ਤਵਾ ਤੁਹਾਨੂੰ 1100 ਰੁਪਇਆ ਸਾਡੇ ਕੋਲ ਮਿਲੇਗਾ। 1100 ਰੁਪਏ ਸੈਂਕੜਾ? 1100 ਰੁਪਏ ਸੈਂਕੜਾ। ਡਿਜ਼ਾਈਨ ਜਿੰਨੇ ਕਹੋਗੇ 12 ਗੁੱਡੀਆਂ ਮਗਾ ਡਿਜ਼ਾਈਨ ਦੇ ਦਾਂਗੇ ਅਸੀਂ। 12 ਗੁੱਡੀਆਂ ਮਗਾ ਡਿਜ਼ਾਈਨ ਮਿਲ ਜਾਊਗਾ। ਸਹੀ ਹੈ ਭਾਜੀ। ਇਸ ਤੋਂ ਬਾਅਦ ਤੁਹਾਨੂੰ ਅਸੀਂ ਮੱਛੀ ਵਿੱਚ ਸਾਡੇ ਕੋਲ ਆਈਟਮ ਹੈਗੀ ਆ, ਆ ਲਓ ਜੀ
ਇਹਦਾ ਪ੍ਰਾਈਸ ਕੀ ਵੜੇ ਬਾਜੀ? ਆ ਪ੍ਰਾਈਸ ਹੈ 10 ਰੁਪਏ। 10 ਰੁਪਏ ਜਿਹੜੇ ਦੁਕਾਨਦਾਰ ਵੇਚਦੇ ਆ। ਸਹੀ ਹੈ ਬਾਜੀ। ਸਾਡੇ ਕੋਲ 550 ਰੁਪਏ 100 ਮਿਲੇਗੀ। 550 100। ਹਾਂਜੀ 550 ਰੁਪਏ ਦੀ ਪੇ। 550 ਦੀ ਪੈ ਗਈ ਬਾਜੀ। ਤੇ ਗੁੱਡੀ ਸਾਰੀ ਟੀਲਾ ਸੇਕਿਆ ਹੋਏਗਾ, ਬਾਂਸੀ ਗੁੱਡੀ ਹੋਏਗੀ। ਬਾਂਸੀ ਗੁੱਡੀ ਬਾਜੀ। ਡਿਜ਼ਾਈਨ ਬਾਜੀ ਕਾਫੀ ਆਪਣੇ ਕੋਲ, ਹਰ ਤਰ੍ਹਾਂ ਦੇ ਡਿਜ਼ਾਈਨ ਹੈ ਬਾਜੀ। ਭਾਜੀ ਆਪਣੇ ਕੋਲ ਰੈਗੂਲਰ ਗੁੱਡੀ ਬਹੁਤ ਸੈਟ ਹੈ। 4 ਗੁੱਡੀਆਂ ਮਗਾ ਡਿਜ਼ਾਈਨ ਲਾ ਲਓ ਸਾਡੇ ਕੋਲ। ਸਹੀ ਹੋ ਗਿਆ ਬਾਈ, 4 ਗੁੱਡੀਆਂ ਮਗਾ ਡਿਜ਼ਾਈਨ ਮਿਲ ਜਾਊਗਾ ਬਾਈ ਤੁਹਾਨੂੰ। ਇਹ ਗੁੱਡੀ ਬਹੁਤ ਕਾਰਟੂਨਾਂ ਦੇ ਕਾਰਟੂਨ ਆ, ਅਸੀਂ ਡਿਜ਼ਾਈਨ ਜ਼ਿਆਦਾ ਖੋਲ ਨਹੀਂ ਸਕਦੇ, ਅਸੀਂ ਕਾਰਟੂਨ ਭੇਜ ਦੇਣਾ ਜਿਹੜਾ ਕਸਟਮਰ ਕਹੇਗਾ ਸਾਨੂੰ। ਹਾਂਜੀ ਹਾਂਜੀ। ਇਹਦਾ ਪ੍ਰਾਈਸ ਕੀ ਵੜੇ ਬਾਜੀ? ਆ 10 ਰੁਪਏ ਦੀ ਵਿਕਦੀ ਹੈ, 550 ਰੁਪਏ 100 ਸਾਈ ਦੇਵਾਂਗੇ। 550 100। ਸਹੀ ਹੋ ਗਿਆ ਬਾਜੀ। ਸਾਡੇ ਕੋਲ 12 ਮਹੀਨੇ ਕਾਈਟ ਮਿਲਦੀ ਹੈ ਜੀ। 12 ਮਹੀਨੇ ਮਿਲ ਜੂ ਬਾਈ ਕਾਈਟ? 12 ਮਹੀਨੇ ਜਿੱਦਾਂ ਦੀ ਵੀ ਤਿਆਰ ਕਰਾਣੀ ਬਾਈ, ਜੇ ਸਿੱਧੂ ਮੂਸੇ ਵਾਲਾ ਕੋਈ ਡਿਜ਼ਾਈਨ ਆ ਬਣਾਣਾ ਹੈ ਉਹ ਵੀ ਤਿਆਰ ਕਰ ਦੋਗੇ ਬਾਜੀ? ਮਿਲ ਜਾਏਗੀ ਸਭ, ਮਿਲ ਜਾਏਗੀ ਨਾ, ਸਿੱਧੂ ਮੂਸੇ ਵਾਲੀ ਆ। ਸਹੀ ਹੋ ਗਿਆ ਬਾਜੀ, ਕੱਲ ਕਾਰਟੂਨ ਬਣ ਕੇ ਆਏ ਮੇਰੇ। ਠੀਕ ਹੈ। ਇਹਨਾਂ ਵਿੱਚ ਸਿੱਧੂ ਮੂਸਾ ਕੈਨੇਡਾ ਭੂਤ ਵਾਲੀ, ਕਿਉਂ ਮੇਰਾ ਸੌਦਾ ਗਰਮੀਆਂ 'ਚ ਜੰਮੂ ਜਾਂਦਾ ਸਾਰਾ। ਠੀਕ ਹੈ ਬਾਜੀ, ਮੇਰੇ ਲਿੰਕ ਸਾਰੇ ਜੰਮੂ ਆ ਗਰਮੀਆਂ 'ਚ, ਅਤੇ ਸੀਜ਼ਨ ਵਿੱਚ ਮੇਰੇ ਗੁਰਦਾਸਪੁਰ, ਬਟਾਲਾ, ਪਠਾਨਕੋਟ, ਹੁਣ ਵੀ ਗੁਰਦਾਸਪੁਰ ਦੇ ਕਸਟਮਰ ਨੇ ਆਉਣਾ ਮੇਰੇ ਕੋਲ ਸਿੱਧੂ ਮੂਸੇ ਵਾਲੀ। ਤੁਹਾਨੂੰ ਆ ਲਓ ਜੀ, ਨਵਾਂ ਕਾਰਟੂਨ ਖੋਲ੍ਹ ਕੇ ਵਿਖਾ ਦਿੰਦੇ ਹਾਂ। ਇੱਕ ਕਾਰਟੂਨ 'ਚ 5000 ਗੁੱਡੀ ਹੁੰਦੀ ਹੈ। ਇੱਕ ਕਾਰਟੂਨ 'ਚ ਬਾਈ 5000 ਗੁੱਡੀ ਹੈ ਭਾਅ ਜੀ। ਆ ਲਓ ਜੀ, ਸਿੱਧੂ ਮੂਸੇ ਦਾ ਲੈਜੈਂਡ। ਹਾਂਜੀ। ਕੀ ਪ੍ਰਾਈਸ ਬਾਈ ਇਹ ਪਤੰਗ ਦਾ? ਆ 10 ਰੁਪਏ ਵਾਲੀ ਪਤੰਗ ਤੁਹਾਨੂੰ 550 ਰੁਪਏ ਸੈਂਕੜਾ। 550 ਰੁਪਏ ਸੈਂਕੜਾ, 5.5 ਰੁਪਏ ਦੀ ਪੈ ਗਈ ਭਾਅ ਜੀ। ਹਾਂਜੀ। ਕਰਨ ਔਜਲਾ। ਹਾਂਜੀ। ਇੱਕ ਕਾਰਟੂਨ ਵਿੱਚ 20 ਡਿਜ਼ਾਈਨ ਮਿਲਣਗੇ ਜੀ। ਇੱਕ ਕਾਰਟੂਨ 20 ਡਿਜ਼ਾਈਨ ਆਣਗੇ ਭਾਅ ਜੀ? 20 ਡਿਜ਼ਾਈਨ ਹੋਣਗੇ, ਸਾਰੀ ਵਰਾਇਟੀ ਅਲੱਗ ਅਲੱਗ ਹੋਏਗੀ। ਸਹੀ ਹੋਇਆ। ਇਹਦਾ ਪ੍ਰਾਈਸ ਬਾਈ ਸੇਮ ਹੈ ਭਾਅ ਜੀ? ਸੇਮ ਪ੍ਰਾਈਸ ਹੈ, 10 ਰੁਪਏ ਪਿੰਡਾਂ ਥਾਵਾਂ 'ਤੇ ਆ, 15 ਰੁਪਏ ਦੀ ਵਿਕਦੀ ਆ। ਸਹੀ ਹੈ। ਸਾਡੇ ਕੋਲ 5.5 ਰੁਪਏ ਦੀ। 5.5 ਰੁਪਏ ਦੀ। ਹਾਂਜੀ। ਇਹ ਜਿੰਨੀਆਂ ਥੱਬੀਆਂ ਕੱਢੀਆਂ ਜਾਵਾਂਗੇ, ਉਨੇ ਉਨੇ ਅਲੱਗ 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 ਡਿਜ਼ਾਈਨ ਆਈ ਜਾਣਗੇ। ਕਿ ਤੁਹਾਡੇ ਕੋਲ ਸਾਰਾ ਕਾਰਟੂਨਾਂ ਦਾ ਕੰਮ ਆ, ਬੰਦ ਕਾਰਟੂਨਾਂ ਦਾ? ਹੁਣ ਭੂਤ ਵਾਲੀ 'ਚ ਵਿਖਾ ਦਈਏ ਤੁਹਾਨੂੰ? ਉਹ ਵੀ ਵਿਖਾ ਦਿਓ ਭਾਅ ਜੀ। ਜੇ ਬਾਈ ਕਹਿੰਦੇ ਬੱਚੇ ਉਹਨੂੰ ਕਹਿੰਦਾ ਨਾ ਲੋਹੜੀ ਵਾਸਤੇ, ਉਹਨੂੰ ਵੀ ਰੇਟ ਜਾਇਜ਼ ਲੱਗ ਜੂਗਾ ਭਾਅ ਜੀ? ਹਾਂਜੀ ਹਾਂਜੀ, ਲੱਗ ਜਾਏਗਾ ਜੀ। ਸਹੀ ਹੈ ਭਾਅ ਜੀ, ਉਹ ਰੇਟ ਲੱਗਣਗੇ ਜਿਹੜੇ ਅਸੀਂ ਬੋਲਣ ਦੇ, ਜਿਹੜੇ ਦੀ ਬੋਲੇ ਭਾਅ ਜੀ, ਹੋਲਸੇਲ ਦੇ ਰੇਟ ਲੱਗ ਜਾਣਗੇ ਬਾਈ ਬੱਚੋਂ 'ਚ ਵੀ। ਹਾਂਜੀ ਹਾਂਜੀ, ਜਿਹੜੇ ਰੇਟ ਬੋਲਣ, ਜਿਹੜੇ ਰੇਟ ਦੀ ਬੋਲ ਲਿਓ, ਉਹ ਰੇਟ ਲੱਗਣਗੇ। ਜਿਹੜਾ ਬਾਈ ਕੋਈ ਵੀਡੀਓ ਵੇਖ ਕੇ ਆਏਗਾ ਤੁਹਾਨੂੰ ਕਹੇਗਾ ਵੀਡੀਓ ਵੇਖ ਕੇ ਆਇਆ ਮੈਂ, ਉਹਦਾ ਕੀ ਮਾਨ ਹੋਏਗਾ? ਆਪਾਂ ਜੇ ਤੇ ਉਹ ਵੱਡੇ ਵੱਡੇ ਕਾਰਟੂਨ ਲਏਗਾ ਫਿਰ ਉਹਦਾ ਮਾਨ ਹੋ ਜਾਏਗਾ, ਜੇ ਦਰਜਨਾਂ ਦੇ ਹਿਸਾਬ ਨਾਲ ਫਿਰ ਅਸੀਂ ਰੈਗੂਲਰ ਘੱਟ ਤੋਂ ਘੱਟ ਰੇਟ ਦੱਸ। ਸਹੀ ਹੋ ਗਿਆ। ਠੀਕ ਹੈ ਜੀ। ਠੀਕ ਹੈ ਜੀ। ਜੇ ਕਸਟਮਰ ਆ ਕੇ ਕਵੇ ਜੀ ਮੈਂ ਉਹ ਇੱਥੋਂ ਆਇਆ ਉੱਥੋਂ ਆਇਆ, ਘੱਟ ਤੋਂ ਘੱਟ ਅੰਬਰਸਰ 'ਚ ਰੇਟ ਸਾਡਾ ਹੋਏਗਾ। ਸਹੀ ਹੈ ਭਾਅ ਜੀ, ਕਿਉਂ ਅਸੀਂ ਅੰਬਰਸਰ 'ਚ ਵੱਡੇ ਤੋਂ ਵੱਡੇ ਦੁਕਾਨਦਾਰ ਨੂੰ ਮਾਲ ਦਿੰਦੇ ਹਾਂ। ਡਿਜ਼ਾਈਨ ਬੜਾ ਪਿਆਰਾ ਭਾਅ ਜੀ। ਆਹ ਅੰਬਰਸਰ 'ਚ 50 ਰੁਪਏ ਦੀ ਕਾਇਟ ਵਿਕਦੀ ਹੈ ਜੀ। ਸਹੀ ਹੈ ਭਾਅ ਜੀ। ਸਾਡੇ ਕੋਲ ਮਿਲੇਗੀ ਤੁਹਾਨੂੰ 30 ਰੁਪਏ ਦੀ। ਸਿਰਫ 30 ਰੁਪਏ ਦੀ ਭਾਅ ਜੀ? ਹਾਂਜੀ। ਇਹਨੂੰ ਕਹਿੰਦੇ ਕੀ ਬਾਈ? ਪਾਕਿਸਤਾਨੀ ਗੁੱਡਾ? ਡੇਢ ਦਾ ਵੀ ਪਾਕਿਸਤਾਨੀ ਗੁੱਡਾ। ਡੇਢ ਦਾ ਵੀ ਪਾਕਿਸਤਾਨੀ ਗੁੱਡਾ। ਮੈਂ ਤੁਹਾਨੂੰ ਇਹਦੇ ਵਿੱਚ ਬਹੁਤ ਡਿਜ਼ਾਈਨ ਆ ਸਾਡੇ ਕੋਲ, ਅਸੀਂ ਆਪ ਬਣਾਉਂਦੇ ਹਾਂ ਵੀ ਰੈਗੂਲਰ 12 ਮਹੀਨੇ। ਡਿਜ਼ਾਈਨ ਭਾਅ ਜੀ ਕਾਫੀ ਇਹਦੇ 'ਚ ਭਾਅ ਜੀ ਆਪਣੇ ਕੋਲੇ? ਹਾਂਜੀ, ਬਹੁਤ ਬਹੁਤ ਸਟੋਕ ਹੈ ਅਤੇ ਬਹੁਤ ਡਿਜ਼ਾਈਨ ਆ, ਸਾਰੇ ਅਲੱਗ ਅਲੱਗ ਡਿਜ਼ਾਈਨ ਨਾ ਸਾਡੇ ਕੋਲ, ਢੇਰ ਲੱਗੇ ਹੋਏ ਆ ਅਤੇ ਅਸੀਂ ਜਿੰਨੇ ਆਹ 100 ਦਰਜਨ ਉਹ ਢੇਰ ਦੇ ਉੱਤੇ ਹੀ ਆਪੇ ਰੈਗੂਲਰ ਡਿਜ਼ਾਈਨ ਚੱਲੀ ਜਾਂਦੇ ਹਾਂ, ਕੱਢਣ ਵਾਲਾ ਕੰਮ ਨਾ ਸਾਡੇ ਕੋਲ ਪਤੰਗ ਫਟਕ ਜਾਂਦੀ। ਹਾਂਜੀ ਸਹੀ ਹੋ ਗਿਆ। ਸਾਡਾ ਪੇਪਰ ਸਾਰਾ ਆਪਣਾ ਆਉਂਦਾ, ਕਾਈਟ ਸਾਡੀ ਆਪਣੀ, ਸਾਡੀ ਤਿਆਰ ਹੁੰਦੀ ਹੈ ਬਿਲਕੁਲ ਰੈਗੂਲਰ, ਆਪਣੇ ਕੋਲ ਬਹੁਤ ਲੇਬਰ ਹੈ। 100 ਪੀਸ ਦਾ ਪੈਕਟ ਆ, ਇੱਕ ਪੈਕਟ 'ਚ 10 ਡਿਜ਼ਾਈਨ ਮਿਲਣਗੇ। ਇੱਕ ਪੈਕਟ 'ਚ ਬਾਈ 10 ਡਿਜ਼ਾਈਨ ਜਿੰਨੇ ਤੁਸੀਂ ਕਹੋਗੇ ਉਹਨੇ ਮਿਲ ਜਾਣਗੇ ਭਾਜੀ ਕੋਲੇ। ਅੱਜ ਦੀ ਤਰੀਕ 'ਚ ਡਿਜ਼ਾਈਨ ਵਿਕਦਾ ਜੀ? ਡਿਜ਼ਾਈਨ ਵਿਕਦਾ। ਸਹੀ ਹੈ ਭਾਅ ਜੀ। ਅੱਜ ਦੀ ਤਰੀਕ 'ਚ ਨਵੀਂ ਫੈਂਸੀ ਆਈਟਮ ਵਿਕਦੀ ਹੈ, ਡਿਜ਼ਾਈਨ ਵਿਕਦਾ, ਜਿਹਦੇ ਕੋਲ ਨਵੇਂ ਤੋਂ ਨਵਾਂ ਡਿਜ਼ਾਈਨ ਹੋਏਗਾ ਕਸਟਮਰ ਉਹਦੇ ਕੋਲ ਹੀ ਜਾਏਗਾ। ਸਹੀ ਹੈ। ਅਤੇ ਡਿਜ਼ਾਈਨ ਭਾਅ ਜੀ ਆਪਣੇ ਕੋਲ ਬਹੁਤ ਹੈ, ਡਿਜ਼ਾਈਨ ਦਾ ਘਾਟ ਨਹੀਂ ਭਾਅ ਜੀ। ਡਿਜ਼ਾਈਨ ਹੈ ਜੀ, ਤੁਸੀਂ ਦੇਖ ਸਕਦੇ ਜੇ
मुठे दे मुठे पे है, पेटियां दी पेटियां पे है, डिजाइन लो कोई घाट नहीं है जी। साडा सारा पीला कलकत्ते आंदा, सारा सीक्या पीला कलकत्ते आंदा साडा। ਪੈਗੜਾ ਤਦ ਪਾਈਦਾ ਇਸ ਤਰ੍ਹਾਂ ਹੀ ਪੈਗੜੀ ਭੇਜਦੀਦਾ ਹਾਂਜੀ ਮਾਰਕੀਟ ਚ। ਲੋਕੇਸ਼ਨ ਭਾਈ ਇੱਕ ਵਾਰੀ ਦੁਬਾਰਾ ਫੇਰ ਦੱਸ ਦਿਓ ਸਾਰਿਆਂ ਨੂੰ। ਲੋਕੇਸ਼ਨ ਬਟਾਲਾ ਰੋਡ ਟੰਡਨ ਨਗਰ ਚੌਕ ਹੀਰਾਕਾਰਡ ਸ਼ੋਪ। ਹੀਰਾਕਾਰਡ ਸ਼ੋਪ ਸਹੀ ਹੈ ਭਾਈ। ਨੰਬਰ ਭਾਜੀ ਆਪਣਾ 97806 49507। ਸਹੀ ਹੋ ਗਿਆ ਭਾਈ। ਆ ਪਤੰਗ ਜੀ ਸਾਈਜ਼ ਕੀ ਭਾਈ ਪਤੰਗ ਦਾ? ਆ ਚੋਰ ਸਾਹਿਬ ਪਤੰਗ ਆ, ਵਾਂਸੀ ਪਤੰਗ ਆ। ਤੇ ਪ੍ਰਾਈਸ ਕਿੰਨਾ ਵੜੇ ਭਾਜੀ ਦਾ? ਆ 50 ਰੁਪਏ ਵਾਲੀ ਪਤੰਗ ਸਾਡੇ ਕੋ ਤੁਹਾਨੂੰ 32 ਰੁਪਏ ਦੀ ਮਿਲੇਗੀ। 32 ਰੁਪਏ ਦੀ ਭਾਜੀ? ਹਾਂਜੀ 50 ਰੁਪਏ ਦੀ ਪਤੰਗ। ਸਹੀ ਹੋ ਗਿਆ ਭਾਈ। ਤੇ ਭਾਈ ਸਿੱਧੂ ਮੂਸੇ ਵਾਲੀ? ਸਿੱਧੂ ਮੂਸੇ ਵਾਲੀ ਵੀ 50 ਰੁਪਏ ਵਾਲੀ ਪਤੰਗ ਆ ਸਾਡੇ ਕੋ 32 ਰੁਪਏ ਸੈਂਕੜਾ, 3200 ਰੁਪਏ ਸੈਂਕੜਾ। 3200 ਰੁਪਏ ਸੈਂਕੜਾ, 32 ਰੁਪਏ ਦੀ ਪੈ ਜਾਏਗਾ ਭਾਈ ਸਿੰਗਲ ਪੀਸ। ਤੇ ਜੇ ਸਿੰਗਲ ਪੀਸ ਵੀ ਲਈਏ ਭਾਈ ਤਾਂ ਵੀ 32 ਦਾ ਮਿਲ ਜੂ। ਸਹੀ ਹੋ ਗਿਆ ਭਾਈ। ਆ 30 ਰੁਪਏ ਵਾਲੀ ਪਤੰਗ ਹੈ ਜੀ। 30 ਰੁਪਏ ਦੀ ਭਾਜੀ? ਆ ਤਾਂ ਸਾਡੇ ਕੋਲ 17 ਰੁਪਏ ਦੀ ਮਿਲੇ। 17 ਰੁਪਏ ਦੀ ਭਾਜੀ? ਇਹ 17 ਰੁਪਏ ਦੀ ਵੇਚਦੇ ਆ ਬਾਜ਼ਾਰ ਦੇ, ਵੈਸੇ 30 ਰੁਪਏ ਦੀ ਮਿਲਦੀ। 30 ਰੁਪਏ ਆ ਬਾਜ਼ਾਰ ਦਾ ਰੇਟ ਕਾਫੀ ਹੈ ਜੀ। ਸਾਡੇ ਕੋਲ ਦੁਕਾਨਦਾਰ ਖੜ ਕੇ 30 ਰੁਪਏ 35 ਵੀ ਵੇਚੀ ਜਾਂਦੇ ਆ, ਕੋਈ ਵੱਧ ਘੱਟ ਵੀ ਕਰੀ ਜਾਂਦੇ, ਲੇਕਿਨ ਇਹ 17 18 ਦੀ ਵੇਚਦੇ। 17 ਜਾਂ 18 ਰੁਪਏ ਤਕਰੀਬਨ ਆਲਮੋਸਟ ਇਹਨੇ ਦੀ ਵੇਚਦੀ। ਸਾਰੀ ਮਾਰਕੀਟ 'ਚ ਅਸੀਂ ਆਪਣਾ ਸੌਦਾ ਭੇਜੀ। ਇਹਨਾਂ ਦਾ ਕੋਲ ਕਾਫੀ ਲੋਕ ਆਉਂਦੇ ਆ ਇਹਨਾਂ ਕੋਲ ਲੈਣ ਵਾਸਤੇ ਮਾਲ। ਜੀ ਜੀ ਇਹਨਾਂ ਦੇ ਕਾਫੀ ਸੇਲ ਹੈ ਇਹਨਾਂ ਚੀਜ਼ਾਂ ਦੀ, ਕਿਉਂਕਿ ਕਾਫੀ ਮਾਲ ਇਹਨਾਂ ਦਾ ਸਾਰਾ ਸਾਲ ਬਣਦੀ ਰਹਿੰਦੀ ਨਾ। ਸਾਰਾ ਸਾਲ ਬਣਦੀ ਹੈ ਜੀ ਇਹਨਾਂ ਦੀ, ਸਾਰਾ ਸਾਲ ਬਣਾਉਂਦੇ ਆ ਪਤੰਗਾਂ। ਪਤੰਗਾਂ ਵੀ ਵੱਡੇ ਵੱਡੇ ਗੁੱਡੇ ਵੀ ਸਭ ਚੀਜ਼ਾਂ ਇਹ ਮੈਨੇਜ ਕਰਦੇ ਹੁੰਦੇ ਪੂਰਾ ਸਾਲ। ਇਹਨਾਂ ਨੇ ਕਈ ਕਾਰੀਗਰ ਰੱਖੇ ਹੁੰਦੇ ਆ, ਕਾਰੀਗਰਾਂ ਕੋਲੋਂ ਬਣਵਾ ਬਣਵਾ ਕੇ ਮੰਗਾਈ ਜਾਂਦੇ ਆ, ਉਹਨਾਂ ਨਾਲ ਸੈਟਿੰਗ ਹੁੰਦੀ ਇਹਨਾਂ ਦੀ, ਉਹਦੇ ਮੁਤਾਬਕ ਇਹ ਵੀ ਆਫ ਸੀਜ਼ਨ ਵਿੱਚ ਵੀ ਬਣਾਉਂਦੇ ਰਹਿੰਦੇ ਆ, ਗਰਮੀਆਂ ਵਿੱਚ ਵੀ ਇਹਨਾਂ ਨੇ ਪਤੰਗਾਂ ਹੀ ਬਣਾਉਂਦੇ। ਮਾਰਕੀਟ ਨਾਲ ਰੇਟ ਬਹੁਤ ਘੱਟ ਆ, ਮੈਂ ਦੇਖਿਆ ਇਹਨਾਂ ਦਾ ਮਾਰਕੀਟ ਨਾਲ ਰੇਟ ਇਹਨਾਂ ਦੇ ਘੱਟ ਹੁੰਦੇ ਆ ਹਰ ਚੀਜ਼ ਦੇ। ਅੱਛਾ ਜੀ। ਮੈਨੂੰ ਇਹ ਨਹੀਂ ਪਤਾ ਇਕੱਲੀ ਇਕੱਲੀ ਚੀਜ਼ਾਂ ਕੀ ਰੇਟ ਆ, ਲੇਕਿਨ ਸਾਰੀਆਂ ਚੀਜ਼ਾਂ ਦੇ ਰੇਟ ਜਿਹੜੇ ਮਾਰਕੀਟ ਨਾਲ ਘੱਟਦੇ, ਕਿਉਂਕਿ ਬਹੁਤ ਸਾਰੇ ਸਾਡੇ ਇਲਾਕੇ ਦੇ ਦੁਕਾਨਦਾਰ ਵੀ ਇਹਨਾਂ ਕੋਲੋਂ ਲੈ ਕੇ ਇਹਨਾਂ ਨੂੰ ਖਰੀਦ ਲੈ ਕੇ ਖਰੀਦ ਵੇਚਦੇ ਵੀ ਅੱਗੇ। ਸਹੀ ਹੈ। ਚਲੋ ਧੰਨਵਾਦ ਅੰਕਲ ਜੀ। ਆਹ ਦੇਖੋ ਅਸੀਂ 3 ਤਵਾ ਰੈਗੂਲਰ ਆਪਣਾ ਬਣਾਉਣਾ ਵਾ। ਸਹੀ ਹੈ ਭਾਜੀ। ਸਾਰੇ ਖੋ ਤਿਆਰ ਕਰ ਰਹੇ ਭਾਜੀ, ਤਿਆਰ ਹੋ ਰਿਹਾ। ਆ 3 ਤਾਵਾ 1000 3 ਤਾਵੇ ਨੂੰ 30 ਕਮਾਲ ਲੱਗਾ ਦਾ। ਸਹੀ ਹੈ ਭਾਜੀ। ਡੇਲੀ ਤਿਆਰ ਹੋ ਰਿਹਾ ਸਾਡੀ ਦੁਕਾਨ ਤੇ, ਖੋ ਤਿਆਰ ਕਰ ਰਹੇ ਭਾਈ ਸਾਰੇ ਤਿਆਰ ਕਰ ਰਹੇ ਆ। 3 ਤਾਵਾ 6 ਤਾਵਾ 12 ਤਾਵਾ 6 ਫੁੱਟ ਦੀ ਪਤੰਗ ਸਭ ਕੁਝ ਆਰਡਰ ਤੇ ਬਣ ਜਾਏਗਾ, ਲੇਕਿਨ ਆਰਡਰ 2 ਦਿਨ ਪਹਿਲਾਂ ਦੇਣਾ ਪੈਣਾ। 2 ਦਿਨ ਪਹਿਲਾਂ ਆਰਡਰ ਦੇਣਾ ਪਏਗਾ ਭਾਈ, ਜਿਹੜੀ ਮਰਜ਼ੀ ਚੀਜ਼ ਤਿਆਰ ਕਰਾ ਲਈਏ ਭਾਈ। ਜੇ ਕੋਈ ਆ ਕੇ ਕਵੇ ਜੀ ਸਾਨੂੰ ਹੋਣੇ ਚਾਹੀਦਾ ਮੌਕੇ ਤੇ ਨਹੀਂ, ਥੋੜਾ ਟਾਈਮ ਚਾਹੀਦਾ ਭਾਈ। ਮੌਕੇ ਤੇ ਤਦ ਨਹੀਂ ਕਿ ਇਹ ਜਿਹੜਾ ਕੰਮ ਪਾਇਆ ਹੁੰਦਾ ਉਹ ਕੰਮ ਪਹਿਲਾਂ ਖਤਮ ਕਰਨਾ ਹੁੰਦਾ, ਤੇ ਕਾਈਟ ਦਾ ਕੰਮ ਆ, ਕਾਈਟ ਫਟ ਜਾਂਦੀ ਆ ਇੱਧਰ ਉੱਧਰ ਰੱਖਣ ਚ। ਸਹੀ ਹੈ ਭਾਈ। ਆ 2 ਦਿਨ ਪਹਿਲਾਂ ਕਹੋਗੇ, ਜਿਹੜਾ ਡਿਜ਼ਾਈਨ ਕਹੋਗੇ, ਜਿਹੜੀ ਵੈਰਾਈਟੀ ਕਹੋਗੇ ਬਣ ਜੇ। ਬਾਕੀ ਡਿਜ਼ਾਈਨ ਭਾਈ ਆਪਾਂ ਨੈਕਸਟ ਵੀਡੀਓ ਕਵਰ ਕਰ ਲਾਂਗੇ ਭਾਜੀ। ਸਹੀ ਹੋ ਗਿਆ ਤੁਹਾਡੇ ਨਾਲ ਬਾਤ। ਸਾਡੇ ਕੋਲ ਬਹੁਤ ਡਿਜ਼ਾਈਨ ਆ ਸਾਡੇ ਕੋਲ ਕਾਰਟੂਨਾਂ ਡਿਜ਼ਾਈਨਾਂ ਦੇ, ਲੇਕਿਨ ਹੁਣ ਟਾਈਮ ਨਹੀਂ ਹੈਗਾ ਇਸ ਟਾਈਮ ਕਾਰਟੂਨਾਂ 'ਚੋਂ ਡਿਜ਼ਾਈਨ ਕੱਢਣ ਦੇ, ਅਗਲੇ ਵੀਕ ਤੁਹਾਨੂੰ ਸਾਰੇ ਡਿਜ਼ਾਈਨ ਦਿਖਾ ਦਾਂਗੇ। ਧੰਨਵਾਦ ਵੱਡੇ ਭਾਜੀ। ਓਕੇ ਸਰ।